ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਦਰਬਾਰ ਸਾਹਿਬ ਗੁਰਦੁਆਰਾ ਇੰਬਲੇ ਸਾਹਿਬ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਸਥਾਨ ਹੈ ਜੋ ਇੰਦੌਰ MP ਮੱਧਿਆ ਪ੍ਰਦੇਸ਼ ਦੇ ਵਿੱਚ ਪੈਂਦਾ ਹੈ। ਸੋ ਸਾਧ ਸੰਗਤ ਜੀਓ, ਇਹ ਦਰਬਾਰ ਸਾਹਿਬ ਦੇ ਅੰਦਰ ਦਾ ਦ੍ਰਿਸ਼ ਹੈ, ਆਪ ਜੀ ਦੇਖ ਸਕਦੇ ਹੋ। ਆਪ ਜੀ ਨੂੰ ਹੋਰ ਦਰਸ਼ਨ ਕਰਾਵਾਂਗੇ ਅਤੇ ਗਿਆਨੀ ਜੀ ਨੂੰ ਇੱਥੋਂ ਦਾ ਇਤਿਹਾਸ ਪੁੱਛਾਂਗੇ। ਸੋ ਦਰਬਾਰ ਸਾਹਿਬ ਹੈ, ਇਹ ਸੰਖੇਪ ਇਤਿਹਾਸ ਹੈ ਜੀ। ਮੁੱਖ ਰਸਤਾ ਇਸ ਤੋਂ ਇਹ ਸੋਹਣਾ ਦਰਬਾਰ ਹੈ ਜੀ। ਇਸੇ ਤਰ੍ਹਾਂ ਬਣੇ ਰਹੋ, ਹੋਰ ਆਪ ਜੀ ਨੂੰ ਲਾਇਬ੍ਰੇਰੀ ਦਰਸ਼ਨ ਕਰਾਵਾਂਗੇ ਜੀ। ਵਾਹਿਗੁਰੂ। ਇਹ ਹੁਣ ਅਜਾਇਬ ਘਰ ਆਪ ਜੀ ਨੂੰ ਦਰਸ਼ਨ ਕਰਾਉਂਦੇ ਹਾਂ ਅਤੇ ਇਸ ਸਥਾਨ ਦਾ ਗਿਆਨੀ ਜੀ ਪਾਸੋਂ ਅਸੀਂ ਜਾਣਕਾਰ ਹੋਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਿਆਨੀ ਜੀ, ਜਿਹੜੇ ਦਰਬਾਰ ਸਾਹਿਬ ਹੈ, ਇਹ ਕਿਸ ਤਰ੍ਹਾਂ ਪ੍ਰਸਿੱਧ ਹੋਇਆ ਇੱਥੇ? ਸੋ ਗਿਆਨੀ ਜੀ, ਜਿਹੜੇ ਆ ਇੰਦੌਰ ਦੇ ਵਿੱਚ ਹੋਰ ਵੀ ਕਈ ਇਤਿਹਾਸਿਕ ਗੁਰਦੁਆਰੇ ਹੈ ਕਿ ਬਸ ਆਹੀ ਇਕੱਲਾ ਹੈ? ਅੱਛਾ ਜੀ। ਠੀਕ ਹੈ ਜੀ। ਬਾਕੀ ਹੋਰ ਗੁਰਦੁਆਰੇ ਹੋਰ ਵੀ ਹੋਣਗੇ ਜਿਹੜੇ ਬਿਨਾਂ ਇਤਿਹਾਸ ਤੋਂ? ਠੀਕ ਹੈ ਜੀ। ਠੀਕ ਹੈ ਜੀ। ਅਤੇ ਗਿਆਨੀ ਜੀ, ਜਿਹੜੀ ਇਹ ਲਾਇਬ੍ਰੇਰੀ ਬਣਾਈ ਹੈ ਅਤੇ ਸਮੂਹ ਸਿੰਧਰ ਸੰਜੀਦਰ ਸਿੱਧੇ ਸਿੰਘਾਂ ਦੀ ਹੈ ਅਤੇ ਹੋਰ ਵੀ ਸਾਰੇ ਪ੍ਰਕਾਰ ਦੀ ਬਣਾਈ ਗਈ? ਆਪ ਜੀ ਦਰਸ਼ਨ ਕਰਾਓਗੇ ਲਾਇਬ੍ਰੇਰੀ ਦੇ? ਵਾਹਿਗੁਰੂ। ਬਹੁਤ ਹੀ ਸੋਹਣਾ ਦ੍ਰਿਸ਼ ਬਣਾਇਆ ਲਾਇਬ੍ਰੇਰੀ ਦਾ। ਇਹ ਗੁਰਦੁਆਰਾ ਇੰਬਲੀ ਸਾਹਿਬ MP ਮੱਧ ਪ੍ਰਦੇਸ਼ ਦੇ ਮਾਤਾ ਜੀ ਦਾ ਗੁਰਦੁਆਰਾ ਸਾਹਿਬ ਹੈ, ਜਿੱਥੇ ਚਰਨ ਛੋਹ ਪ੍ਰਾਪਤ ਇਤਿਹਾਸਿਕ ਗੁਰਦੁਆਰਾ ਸਾਹਿਬ ਹੈ। ਵਾਹਿਗੁਰੂ ਜੀ, ਬਹੁਤ ਹੀ ਅੱਛਾ ਅਜਾਇਬ ਘਰ ਦਾ ਜਿਹੜਾ ਬਣਾਇਆ ਹੈ। ਸੋ ਇਹ ਹੋਣਾ ਵੀ ਚਾਹੀਦਾ ਤਾਂ ਕਿ ਆਪਣਾ ਦੇਖ ਕਰਕੇ ਇਤਿਹਾਸ ਪੜ੍ਹ ਸਕਣ ਅਤੇ ਸਾਰਿਆਂ ਨੂੰ ਜਾਗਰੂਕ ਹੋ ਸਕਣ। ਅਸੀਂ ਹੋਰ ਵੀ ਅੱਗੇ ਕਾਫੀ ਲੰਬੀ ਲਾਇਬ੍ਰੇਰੀ ਬਣਾਈ ਹੈ। ਸੋ ਆਪ ਜੀ ਦਰਸ਼ਨ ਕਰ ਸਕਦੇ ਹੋ। ਇਹ ਕਾਫੀ ਖੂਬਸੂਰਤ ਲਾਇਬ੍ਰੇਰੀ ਬਣਾਈ ਹੈ ਅਤੇ ਇਸ ਚੀਜ਼ਾਂ ਨੂੰ ਦੇਖ ਕਰਕੇ ਆਪਣੇ ਇਤਿਹਾਸ ਨਾਲ ਜਾਗਰੂਕ ਹੁੰਦੇ ਆ, ਪਤਾ ਲੱਗਦਾ ਆਪਣੇ ਇਤਿਹਾਸ ਦਾ ਕੀ ਇਤਿਹਾਸ ਹੈ, ਆਪਣੇ ਗੁਰਸਿੱਖੀ ਦਾ ਕਿੰਨਾ ਬਲੀਦਾਨ ਹੈ। ਸੋ ਚੀਜ਼ਾਂ ਹੋਣੀ ਚਾਹੀਦੀਆਂ ਨੇ ਗੁਰੂ ਸੰਗਤਾਂ ਵਾਸਤੇ। ਔਰ ਅੱਗੇ ਚਲਦੇ ਹਾਂ, ਹੋਰ ਵੀ ਅੱਗੇ ਹੈ ਜੀ।
ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ। ਧੰਨ ਗੁਰੂ ਨਾਨਕ ਤੇਰੀ ਵੱਡੀ ਕਮਾਈ ਸੱਚੇ ਪਾਤਸ਼ਾਹ, ਉਮਰੀ ਮਹਿਮਾ ਬਰਨ ਨਾ ਸਾਕੋ ਤੂੰ ਠਾਕੁਰ ਪੂਜ ਪਰਵਾਨਾ। ਬਹੁਤ ਹੀ ਸੁੰਦਰ ਅਜਾਇਬ ਘਰ ਗੈਲਰੀ ਦਾ ਦ੍ਰਿਸ਼ ਹੈ ਅੰਦਰ ਦਾ। ਸੋ ਸਾਧ ਸੰਗਤ ਜੀ ਆਪਦੇ ਦਰਸ਼ਨ ਕਰ ਰਹੇ ਹਾਂ ਗੁਰਦੁਆਰਾ ਇਮਲੀ ਸਾਹਿਬ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨ ਛੋਹ ਪ੍ਰਾਪਤ ਧਰਤੀ। ਵਾਹਿਗੁਰੂ ਸਥਾਨ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸ਼੍ਰੀਲੰਕਾ ਵਿਖੇ ਜਗਤ ਫੇਰੀ ਦੌਰਾਨ ਗੁਰੂ ਨਾਨਕ ਦੇਵ ਜੀ ਜਦ ਸ਼੍ਰੀਲੰਕਾ ਪਹੁੰਚਦੇ ਬੜੀ ਦੂਰੋਂ ਦੂਰੋਂ ਸੰਗਤਾਂ ਗੁਰੂ ਜੀ ਦੇ ਦਰਸ਼ਨ ਨੂੰ ਆਉਂਦੀਆਂ ਸਨ। ਸ਼੍ਰੀਲੰਕਾ ਦੇ ਰਾਜ ਨਿਵਾਸ ਨੂੰ ਜਦ ਪਤਾ ਲੱਗਾ ਉਹ ਆਪਣੇ ਨਾਚਾਇਆ ਉਸਤਾਦ ਨੂੰ ਗੁਰੂ ਜੀ ਦੀ ਪ੍ਰੀਖਿਆ ਲੈਣ ਲਈ ਭੇਜਿਆ। ਬਸਰਾਂ ਆਪਣਾ ਜ਼ੋਰ ਵਿਖਾਉਣ ਦੀ ਬਜਾਏ ਗੁਰੂ ਨਾਨਕ ਸਾਹਿਬ ਜੀ ਦੇ ਉਪਦੇਸ਼ਾਂ ਨਾਲ ਸਿੱਧੇ ਰਸਤੇ ਪੈ ਗਈਆਂ। ਰਾਜਾ ਨਿਵ ਨਾਭ ਬੜਾ ਉਪਾਸਕ ਬਣਿਆ। ਵਾਹਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਜਿੰਨੀ ਵੀ ਵਡਿਆਈ ਕੀਤੀ ਜਾਵੇ ਉਹ ਘੱਟ ਹੀ ਹੈ। ਸੋ ਸਾਧ ਸੰਗਤ ਜੀ ਇਹ ਗੈਲਰੀ ਜਿਹੜੀ ਹੈ ਅਜਾਇਬ ਘਰ ਦੀ ਪੂਰੀ ਅਸੀਂ ਮਾਪਜੀ ਕਰ ਲਈ ਹੈ। ਸੋ ਇਸੇ ਤਰ੍ਹਾਂ ਸਾਧ ਸੰਗਤ ਜੀ ਉਹ ਸਾਡੇ ਪੇਜ ਨਾਲ OS ਖਾਲਸਾ ਚੈਨਲ ਹੈ ਅਤੇ ਇਹਦੇ ਨਾਲ ਜੁੜੇ ਰਹੋ। ਹੋਰ ਵੀ ਆਪ ਜੀ ਨੂੰ ਇਤਿਹਾਸਿਕ ਜਗ੍ਹਾ ਅਤੇ ਹੋਰ ਦਰਸ਼ਨ ਮੇਲੇ ਕਰਾਉਣਗੇ। ਸੋ ਸਾਰੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।